ਭਾਅ ਜੀ ਉਹ ਉਹਨਾਂ ਨਾਲ ਤਾਂ ਮੇਰਾ ਮੁਕਾਬਲੇ ਨੂੰ ਬਹੁਤ ਵੱਡੇ ਲੋਕ ਹੈ, ਅਸੀਂ ਬਹੁਤ ਛੋਟੇ ਲੋਕ ਹਾਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਸਾਨੂੰ ਬਹੁਤ ਫਰਕ ਪੈਂਦਾ। ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਾਂ, ਅਸੀਂ ਜੰਮ ਵਾਲੇ ਇੱਥੋਂ ਦੇ ਹਾਂ, ਸਾਡੇ ਲੋਕ ਸਾਡੇ ਆਪਣੇ ਲੋਕ ਨੇ, ਅਸੀਂ ਉਹਨਾਂ ਦੇ ਦੁੱਖ ਤਕਲੀਫਾਂ ਪਤਾ ਸਾਨੂੰ ਅਤੇ ਹਰ ਇੱਕ ਚੀਜ਼ ਦਾ ਪਤਾ, ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਹੀਂ, ਉਹ ਤਾਂ ਹੀ ਨਹੀਂ ਆਉਂਦੇ। ਪਤਾ ਨਹੀਂ ਜੀ, ਪਾਰਟੀ ਨੇ ਜਿੱਥੋਂ ਵੀ ਉਹਨਾਂ ਨੇ ਉਹ ਚੰਗਾ ਲੱਗਿਆ ਉਹਨਾਂ ਨੇ ਦਿੱਤਾ, ਮੈਂ ਖੁਸ਼ ਹਾਂ। ਕਹਿਣਾ ਕੀ ਹੈ ਜੀ, ਪਹਿਲਾਂ ਮਾਨ ਸਾਹਿਬ ਵੀ ਆਏ ਨੇ ਅਤੇ ਉਹਨਾਂ ਨੇ ਪੂਰੇ ਫੱਟੇ ਚੱਕੇ ਨੇ ਜੀ, ਲੋਕ ਖੁਸ਼ ਨੇ, ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉਨਾ ਹੀ ਜਿੰਨਾ ਮਾਨ ਸਾਹਿਬ ਨੇ ਕੀਤਾ ਮੈਂ ਉਸ ਉਹਨਾਂ ਤੋਂ ਵੱਧ ਹੀ ਕਰਾਂ। ਰਿਸਪੋਂਸ ਕਿੱਦਾਂ ਦਾ ਮਿਲ ਰਿਹਾ? ਬਹੁਤ ਹੀ ਚੰਗਾ ਰਿਸਪੋਂਸ, ਜਿੱਥੇ ਵੀ ਜਾਣਾ, ਕਿਸੇ ਵੀ ਕੌਂਸਟੀਚੁਸੀ 'ਚ ਗਿਆ ਮੈਂ, ਜਿਹੜੀ ਆਪਣੇ ਵਿਧਾਨ ਸਭਾ ਕੌਂਸਟੀਚੁਸੀ ਸਾਰੇ ਇੰਨੇ ਵਧੀਆ ਪ੍ਰਤੀਨਿਧ ਮਿਲੇ ਹੋਏ ਨੇ, ਦੋ ਮੇਰੇ ਸੱਜੇ ਖੱਬੇ ਬੈਠੇ ਨੇ ਔਰ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਫਤਵਾ ਦੇਣ। ਨਹੀਂ, ਟੱਕਰ ਸਾਡੀ ਆਪਣੇ ਆਪ ਨਾਲ ਹੀ ਹੈ ਜੀ, ਵੀ ਅੱਗੇ ਹੋਰ ਕਿੰਨਾ ਕੁ ਵਧਾਉਣਾ। ਮਿਹਰਬਾਨੀ। ਹਰ ਪੱਖੋਂ ਸਿਹਤ ਨਹੀਂ ਉੱਥੇ ਤਾਂ ਪੂਰੇ, ਕਿਉਂਕਿ ਜਿਹੜਾ MP ਹੁੰਦਾ ਇੱਕ ਪੰਜਾਬ ਅਤੇ ਸੈਂਟਰ ਦੇ ਇੱਕ ਪੁਲ ਦਾ ਕੰਮ ਕਰਦਾ, ਜਿਹੜੇ ਕਾਫੀ ਮੁੱਦੇ ਨੇ, ਜਿਹੜੇ RDF ਦਾ ਮੁੱਦਾ, ਜਿਹੜਾ ਸਾਡੇ ਫੰਡਸ ਰੁਕੇ ਹੋਏ ਨੇ, ਬਾਕੀ ਸਾਡਾ ਜਿਹੜਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ, ਇਹਦੀਆਂ ਕੋਈ ਐਸੀਆਂ ਪੋਲਿਸੀਜ਼ ਬਣਨ ਜਿਹੜੇ ਦੇ ਵਿੱਚ ਜਿਹੜੇ ਹਰ ਇੱਕ ਵਰਗ ਦਾ ਕਿਸਾਨ, ਚਾਹੇ ਛੋਟਾ ਚਾਹੇ ਵੱਡਾ, ਉਹ ਖੁਸ਼ਹਾਲ ਹੋਵੇ, ਮਜ਼ਦੂਰ ਖੁਸ਼ਹਾਲ ਹੋਵੇ, ਹਰ ਬਹੁਤ ਕੁਛ ਮੁੱਦੇ ਨੇ। ਦੇਖੋ ਜੀ, ਮੈਂ ਕਿਸੇ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ, ਉਹਨਾਂ ਦੀ ਆਪਣੀ ਸੋਚ ਆ, ਉਹਨਾਂ ਦੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ, ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ, ਅਤੇ ਉਹ ਤਾਂ ਹੁਣ ਲੋਕ ਆਪ ਹੀ ਦੱਸ ਦੇਣ ਜੀ, ਮੈਂ ਤਾਂ ਬਿਲਕੁਲ ਨਹੀਂ ਲੱਗਣ ਦਊਂਗਾ ਜੀ, ਬਿਲਕੁਲ ਆ, ਸਾਡੇ ਭਰਾ ਬੈਠੇ ਨਾਲ ਔਰ ਸਾਨੂੰ ਇਹਨਾਂ 'ਤੇ ਮਾਣ ਹੈ ਕਿ ਇਹਨਾਂ ਨੇ ਬਹੁਤ ਕੰਮ ਕੀਤੇ ਹੋਏ। ਕੋਈ ਨਹੀਂ ਜੀ, ਮੈਂ ਫਿਲਹਾਲ ਤਾਂ ਸਾਰੇ ਫਿਨਿਸ਼ ਕਰਕੇ ਆਇਆ ਹੋਇਆ, ਬਾਕੀ ਮੈਂ ਪ੍ਰੋਜੈਕਟ ਉਹੀ ਫੜੂੰਗਾ ਜਿਹੜਾ ਜਿੰਨੇ ਕੁ ਦਿਨ ਮੈਂ ਕਰ ਸਕਾਂ। ਲੱਗਦਾ ਕਿ ਕੁਛ ਜ਼ਿਆਦਾ ਸਮਾਂ ਮਿਲ ਰਿਹਾ, ਕਿਉਂਕਿ 1 ਜੂਨ ਨੂੰ ਜਿਹੜੀ ਹੈ ਵੋਟਿੰਗ ਹੋਣੀ ਹੈ ਔਰ ਕਾਫੀ ਸਮਾਂ ਤੁਹਾਨੂੰ ਲੋਕਾਂ ਨਾਲ ਵਿਚਾਰ। ਬਿਲਕੁਲ, ਤਾਂ ਹੀ ਵਿਚਾਰ ਰਿਹਾ ਜੀ, ਵੀ ਮੇਰੀ ਮਤਲਬ ਇਹ ਕੋਸ਼ਿਸ਼ ਹੈ ਕਿ ਇਕੱਲੇ ਇਕੱਲੇ ਵਰਕਰ ਤੱਕ, ਇਕੱਲੇ ਇਕੱਲੇ ਵੋਟਰ ਤੱਕ ਪਹੁੰਚ ਕੀਤੀ ਜਾਵੇ।